प्राइम सौरभ चैनल ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ, ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ, ਵੀਡੀਓ ਨੂੰ ਲਾਈਕ ਕਰਦੇ ਹਨ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਆ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਇਟਲੀ ਤੋਂ ਗੁੱਡ ਨਿਊਜ਼ ਆ ਰਹੀ ਹੈ ਕਿ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਇਟਲੀ ਦੀ ਜਿਹੜੀ ਮੈਲੋਨੀ ਸਰਕਾਰ ਹੈ ਉਹਨਾਂ ਦੇ ਦੁਆਰਾ ਜਿਹੜਾ ਡਿਕਰੈਤੋ ਫਲੂਸੀ ਨੂੰ 2023 ਦੇ ਵਿੱਚ ਖੋਲ੍ਹ ਦਿੱਤਾ ਗਿਆ ਹੈ, ਅਤੇ ਜਿਹੜੀ ਨਵੀਂ ਡਿਕਰੈਤੋ ਫਲੂਸੀ ਹੈਗੀ ਹੈ ਇਸ ਨੂੰ ਇਟਾਲੀਅਨ ਦੇ ਜਿਹੜਾ ਗਜ਼ੈਟਾ ਹੁੰਦਾ ਹੈ ਉਸ ਦੇ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਅਤੇ ਇਸ ਨਵੀਂ ਜਿਹੜੀ ਫਲੂਸੀ ਇਮੀਗ੍ਰੇਸ਼ਨ ਸ਼ੁਰੂ ਹੋਈ ਹੈ ਇਸ ਦੇ ਵਿੱਚ 82,705 ਲੋਕਾਂ ਦਾ ਇਹ ਕੋਟਾ ਹੈ। ਇਹਦੇ ਵਿੱਚ 82,705 ਜਿਹੜੇ ਲੋਕ ਹੈਗੇ ਆ ਇਟਲੀ ਦੇ ਵਿੱਚੋਂ ਸੱਦੇ ਜਾ ਸਕਦੇ ਹਨ, ਅਤੇ ਇਸ 82,705 ਕੋਟੇ ਦੇ ਵਿੱਚੋਂ ਜਿਹੜੇ 44,000 ਕੋਟਾ ਹੈਗਾ ਹੈ ਇਹ ਜਿਹੜੀ ਸੀਜ਼ਨਲ ਵਰਕ ਹੈਗੇ ਵਰਕਰ ਵਾਲਿਆਂ ਦੇ ਲਈ ਹੈਗਾ ਆ, ਅਤੇ ਇਹਦੇ ਵਿੱਚ ਸਾਰੇ ਜਿਹੜੇ ਖੇਤੀਬਾੜੀ ਵਾਲੇ ਨਾਲ ਸੰਬੰਧਿਤ ਕੰਮ ਕਰਨ ਵਾਲੇ ਜਿਹੜੇ ਲੋਕ ਹੈਗੇ ਆ ਉਹ ਸੱਦੇ ਜਾ ਸਕਦੇ ਹਨ। ਅਤੇ ਇਹਨਾਂ 44,000 ਦੇ ਵਿੱਚੋਂ ਜਿਹੜਾ 1,500 ਹੈਗੇ ਉਹਨਾਂ ਲੋਕਾਂ ਦੇ ਲਈ ਰਾਖਵੇਂ ਰੱਖਿਆ ਗਿਆ ਹੈ ਕੋਟਾ, ਜਿਹੜੇ ਲੋਕ 9 ਮਹੀਨੇ ਦੇ ਪੇਪਰਾਂ ਦੇ ਪਹਿਲਾਂ ਆਏ ਸੀ ਅਤੇ ਬਾਅਦ ਵਿੱਚ ਆਪਣਾ ਟਾਈਮ ਪੂਰਾ ਹੋਣ ਤੋਂ ਬਾਅਦ ਉਹ ਇੰਡੀਆ ਚਲੇ ਗਏ ਸੀ, ਅਤੇ ਉਹ ਵੀ ਇਸ ਕੋਟੇ ਦੇ ਲਈ ਆਪਣੇ ਲਈ ਅਪਲਾਈ ਕਰ ਸਕਦੇ ਹਨ। ਅਤੇ ਬਾਕੀ ਦਾ ਜਿਹੜਾ ਸਾਰਾ ਕੋਟਾ ਹੈਗਾ ਆ ਉਹ ਖੇਤੀਬਾੜੀ ਦੇ ਲੋਕਾਂ ਦੇ ਲਈ ਹੈ। ਅਤੇ ਇਸ ਤੋਂ ਬਾਅਦ 38,000 ਜਿਹੜੇ 705 ਕੋਟਾ ਹੈਗਾ ਆ ਇਹ ਜਿਹੜੇ ਨੌਨ ਸੀਜ਼ਨਲ ਅਤੇ ਜਿਹੜੇ ਸਵੈ ਰੁਜ਼ਗਾਰ ਕਰਨ ਵਾਲਿਆਂ ਲਈ ਇਹਨੂੰ ਰਾਖਵਾਂ ਰੱਖਿਆ ਗਿਆ ਹੈ, ਅਤੇ ਜਿਨ੍ਹਾਂ ਦੇ ਵਿੱਚੋਂ 30,105 ਦਾ ਜਿਹੜਾ ਕੋਟਾ ਹੈਗਾ ਆ ਇਹ ਜਿਹੜੇ ਕੰਸਟਰਕਸ਼ਨ, ਟੂਰਿਸਟ, ਹੋਟਲ ਵਰਕਰ, ਮਕੈਨੀਕਲ, ਟੈਲੀਕਮਿਊਨੀਕੇਸ਼ਨ, ਦੁਕਾਨਾਂ ਅਤੇ ਸ਼ਿਪ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਜਿਹੜੇ ਸੈਕਟਰ ਹੈਗੇ ਆ ਉਹਨਾਂ ਦੇ ਵੀ ਲਈ ਰਾਖਵੇਂ ਰੱਖਿਆ ਗਿਆ ਹੈ। ਅਤੇ ਇਸ ਫਲੂਸੀ ਦਾ ਜਿਹੜਾ ਕਲਿੱਕ ਡੇ ਹੈਗਾ ਆ ਇਹ 60 ਦਿਨਾਂ ਦਾ ਹੁੰਦਾ ਹੈ, 60 ਦਿਨਾਂ ਤੋਂ ਬਾਅਦ ਇਹਦਾ ਕਲਿੱਕ ਡੇ ਹੁੰਦਾ ਹੈ। ਜਿਵੇਂ ਕਿ ਅੱਜ ਹੈਗਾ 26 ਜਨਵਰੀ ਇਹਨੂੰ ਖੁੱਲ੍ਹੇ ਹਨ ਪੇਪਰ, ਅਤੇ ਇਹਦਾ ਕਲਿੱਕ ਡੇ ਹੈਗਾ ਆ 27 ਮਾਰਚ 2023 ਵਿੱਚ ਆਵੇਗਾ, ਅਤੇ ਇਹ ਸਵੇਰ ਦੇ 9 ਵਜੇ ਸਟਾਰਟ ਹੋ ਜਾਵੇਗਾ, ਅਤੇ ਜਿਹੜੀ ਲਾਸਟ ਡੇਟ ਹੈਗੀ ਹੈ 31 ਦਸੰਬਰ ਤੱਕ 2023 ਤੱਕ ਇਹ ਓਪਨ ਰਹੇਗੀ। ਯਾਨੀ ਕਿ ਜਿਹੜੀ ਸਾਰੀਆਂ ਐਪਲੀਕੇਸ਼ਨਸ ਹੈਗੀਆਂ ਆ 27 ਮਾਰਚ 2023 ਤੋਂ ਜੋ ਸ਼ੁਰੂ ਕਰਕੇ ਭੇਜੀਆਂ ਜਾ ਸਕਦੀਆਂ ਹਨ। ਕਹਿਣ ਦਾ ਭਾਵ ਹੈ ਕਿ ਜਦੋਂ ਜਿਹੜਾ ਇਹ ਫਲੂਸੀ ਵਾਲਾ ਡਾਟਾ ਹੈਗਾ ਆ ਇਹ ਸਰਕਾਰੀ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋ ਜਾਂਦਾ ਹੈ, ਅਤੇ ਉਸ ਤੋਂ 60 ਦਿਨਾਂ ਬਾਅਦ ਇਹਦਾ ਕਲਿੱਕ ਡੇ ਆਉਂਦਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਨਿਊਜ਼ੀਲੈਂਡ ਤੋਂ। ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਦੇ ਵਿੱਚ ਭਾਰੀ ਮੀਂਹ ਕਰਕੇ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋਇਆ ਹੈ ਅਤੇ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਹਾਲਾਤ ਇਹ ਹੈ ਕਿ ਜਿਹੜਾ ਔਕਲੈਂਡ ਏਅਰਪੋਰਟ ਹੈ ਉੱਥੇ ਕਾਫੀ ਜ਼ਿਆਦਾ ਪਾਣੀ ਭਰ ਗਿਆ ਹੈ, ਅਤੇ ਇਸ ਦੇ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਔਕਲੈਂਡ ਏਅਰਪੋਰਟ ਦੇ ਕਈ ਫਲਾਈਟਾਂ ਵਿੱਚ ਵੀ ਦੇਰੀ ਹੋਈ ਹੈ, ਅਤੇ ਕੁਝ ਫਲਾਈਟਾਂ ਰੱਦ ਵੀ ਕੀਤੀਆਂ ਗਈਆਂ ਹਨ। ਅਤੇ ਔਕਲੈਂਡ ਵਿੱਚ ਐਮਰਜੈਂਸੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਹੜ੍ਹ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਆਪਣੇ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਜ਼ਰਾਈਲ ਦੀ ਰਾਜਧਾਨੀ ਜਰੂਸ਼ਲਮ ਦੇ ਵਿੱਚ ਬਾਹਰੀ ਇਲਾਕਿਆਂ ਦੇ ਵਿੱਚ ਇੱਕ ਪੂਜਾ ਸਥਲ 'ਤੇ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਅਤੇ ਇਸ ਘਟਨਾ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 7 ਹੋ ਗਈ ਹੈ ਅਤੇ 10 ਲੋਕ ਜ਼ਖਮੀ ਹੋਏ ਹਨ, ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਆਤੰਕਵਾਦੀ ਹਮਲਾ ਹੈ। ਅਤੇ ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ 9 ਲੋਕਾਂ ਦੇ ਵਿੱਚੋਂ ਇੱਕ ਬਜ਼ੁਰਗ ਮਹਿਲਾ ਵੀ ਸ਼ਾਮਿਲ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਸਿੰਗਾਪੁਰ ਤੋਂ। ਸਿੰਗਾਪੁਰ ਦੀ ਅਦਾਲਤ ਨੇ 2 ਇੰਡੀਅਨ ਕਰਮਚਾਰੀਆਂ 'ਤੇ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਦੋਨਾਂ ਨੂੰ ਸਜ਼ਾ ਦੇ ਤੌਰ 'ਤੇ ਭਾਰੀ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ ਹੈ, ਅਤੇ ਅਦਾਲਤ ਨੇ ਦੋਨਾਂ ਨੂੰ $24,000 ਸਿੰਗਾਪੁਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਦੋਨੋਂ ਵਿਅਕਤੀ ਹੈ ਇੱਕ ਖਾਣਾ ਡਿਸਟ੍ਰੀਬਿਊਟ ਕਰਨ ਵਾਲੀ ਕੰਪਨੀ ਦੇ ਵਿੱਚ ਕੰਮ ਕਰਦੇ ਸੀ, ਅਤੇ ਦੋਨਾਂ ਨੇ ਇੱਕ ਹੋਰ ਜਿਹੜੀ ਫਰਮ ਹੈ ਉਸ ਤੋਂ ਰਿਸ਼ਵਤ ਲਈ ਸੀ, ਅਤੇ ਇਸ ਤੋਂ ਬਾਅਦ ਦੋਨਾਂ ਨੂੰ $24,000 ਜਿਹੜੇ ਸਿੰਗਾਪੁਰ ਦੇ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਮੁੰਬਈ ਏਅਰਪੋਰਟ 'ਤੇ ਸ਼ੁੱਕਰਵਾਰ ਨੂੰ 11 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਉਹਨਾਂ ਕੋਲੋਂ 8.3 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ, ਅਤੇ ਜਿਨ੍ਹਾਂ ਦੀ ਕੀਮਤ 4,14,00,000 ਰੁਪਏ ਦੱਸੀ ਜਾ ਰਹੀ ਹੈ। ਅਤੇ ਇਸ ਸੰਬੰਧੀ ਜਾਣਕਾਰੀ ਦੱਸਦੇ ਹੋਏ ਕਸਟਮ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਜਿਹੜੇ ਯਾਤਰੀ ਹੈਗੇ ਆ ਸ਼ਾਰਜਾਂ ਤੋਂ ਆਏ ਸੀ, ਅਤੇ ਉਹਨਾਂ ਦੀ ਫਲਾਈਟ ਸ਼ੁੱਕਰਵਾਰ ਤੜਕੇ ਉਤਰੀ ਸੀ, ਅਤੇ ਜਾਣਕਾਰੀ ਦੇ ਮੁਤਾਬਕ 11 ਵਿਦੇਸ਼ੀ ਨਾਗਰਿਕਾਂ ਦੀ ਜਦੋਂ ਤਲਾਸ਼ੀ ਲਿੱਤੀ ਗਈ ਅਤੇ ਇਹਨਾਂ ਲੋਕਾਂ ਨੇ ਆਪਣੇ ਸਰੀਰ ਨਾਲ ਮੋਮ ਦੇ ਰੂਪ ਵਿੱਚ ਸੋਨੇ ਨੂੰ ਲੁਕੋਇਆ ਹੋਇਆ ਸੀ, ਅਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਵਿਦੇਸ਼ੀ ਨਾਗਰਿਕਾਂ ਤੋਂ ਸੋਨਾ ਬਰਾਮਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ।
इस तो बाद अगली न्यूज़ आ रही है मैक्सीको तो। मैक्सीको तो एक बड़ी खबर सामने आ रही है। दस्या जा रहा है कि इतने के जो इमीग्रेशन अधिकारी है उन्होंने दस्या है कि उन्होंने एक अमेरिकन बॉर्डर के नेड़े एक हाईवे से गुआटेमाला के 57 बड़े मुंडे कुड़ियाँ मिले, एक ट्रक ट्रेलर के मिले हैं। नैशनल इमीग्रेशन इंस्टीट्यूट ने दस्या है कि 43 मुंडे तो 14 कुड़ियाँ ट्रक ट्रेलर के सवार सी, उन्होंने नाल 8 पुरुष तो एक औरत ते उन्हां दी धी भी सवार सी। ते सारे जिहड़े मुंडे कुड़ियां अलग सी, इहदा मतलब यह है कि उन्हां दा कोई रिश्तेदार जां उन्हां दे मापे उन्हां दे नाल नहीं सी। ते टैक्सस दे विच जदों उन्हां नूं हाईवे ते वाहन दी जांच करन दे लई रोकिया गया ते जांच दे दौरान गड्डी दे ड्राइवर नूं हिरासत विच लै लिया, ते जिहड़े बच्चे सी जिहड़े नाबालग बच्चे सी उन्हां नूं जिहड़े बच्चियां दे छोटे बच्चियां दे बाल कल्याण केंद्र हुंदे है उन्हां दे विच भेज दित्ता गया है। क्योंकि दस्या जा रहा है कि अक्सर जिहड़े बच्चों की तस्करी हैगी है मैक्सीको दे राही की जाती है ता जो उन्हां मापिया या रिश्तेदारा नाल उन्हां द्वारा मिलाया जा सके जो पहला ही संयुक्त राज अमेरिका दे विच चले गए हैं। इस बाद अगली न्यूज़ आ रही है कि अमेरिकन डॉलर के मुकाबले पाकिस्तान रुपए की कीमत अचानक ही बहुत हेठा डिग गई है, तो जिस कारण पाकिस्तान एक ही रात के विच सोने की जिहड़ी कीमत हैगी 4900 रुपए प्रति तोला बदन दे नाल मार्केट दे विच सोना 1,95,000 रुपए प्रति तोला हो गया है। तो डॉलर के मुकाबले रुपए की विच आई इस गिरावट तो सोने की कीमत दे विच उछाल का एक बहुत बड़ा रिकॉर्ड है। तो पाकिस्तान दे विच एक अमेरिकन डॉलर के मुकाबले पाकिस्तानी करंसी 256 रुपए तक पहुँच गई है, जो कि पाकिस्तान रुपए के सब तो हेठले पद्धर से जाने का एक रिकॉर्ड है। दस्या जा रहा है कि जो डॉलर के मुकाबले रुपए की कीमत इस तरह घट होंगी है तो दिनों एक ही दो दिनों के जो सोने की कीमत हैगी बढ़ जाती है। तो दस्या जा रहा है कि जेकर कीमत होर घट होंगी है तो एक दो दिनों के सोना जो है 2,25,000 तक 1,000 रुपए तोला हो जाएगा। इस बाद अगली न्यूज़ आ रही है कि पाकिस्तान के कराची के विच दे किवारी इलाके दे विच एक जिहड़ी रहस्यमई बीमारी नाल 14 बच्चों दी असाने 18 लोगों की मौत हो गई है, तो जिस करके उत्थे जिहड़े लोग हैगे काफ़ी सहमे हुए हैं। फिलहाल हाले भी सेहत अधिकारियों द्वारा मौत के कारणों का पता नहीं लग सकिया है। दसा जा रहा है कि 10 तो लैके 25 जनवरी के विचकार इस रहस्यमय बीमारी के नाल 18 लोगों की मौत हो गई है। तो इस दे सिलसिले दे विच फैक्ट्री मालक जिहड़े हैगे आ एक उन्होंने पुछगिछ की गई है तो उन्होंने हिरासत में लिया है। दसिया जा रहा है कि इस खेत्र के संचालित जिहड़ियां 3 फैक्ट्रियां तो सोयाबीन के नमूने लिते गए हैं, तो उन्होंने लगता है कि मौत का कारण इस सोयाबीन तो एलर्जी हो सकती है। कि इस बीमारी के नाल जिहड़ा तेज़ बुखार गले च सोज ते साह लैण दे विच मुश्किल होई सी। तो दस्या जा रहा है कि कुछ लोगों ने यह भी शिकायत की है कि पिछले 2 हफ्तों तो इस और एरिया दे विच अजीब जी बदबू भी आ रही सी। तो इस जड़ी घटना तो बाद जड़े उत्थे दे अधिकारी है उन्होंने इस संबंध में एक फैक्ट्री के मालक तो भी पूछगिछ की है तो उसनों हिरासत में ले लिया है। इसी अज दी कुछ खास खबर हुण आपां देख लैंदे आ अज दे करंसी रेट्स। सब तो पहला कनेडा दे डॉलर का रेट चल रहा 61.27 रुपए, US डॉलर का रेट चल रहा 81.51 रुपए, ऑस्ट्रेलिया डॉलर का रेट चल रहा 57.96 रुपए, यूरो का रेट चल रहा 88.68 रुपए, न्यूजीलैंड डॉलर का रेट चल रहा 52.91 रुपए, अरब अमीरात दिराम का रेट चल रहा 22.19 रुपए, तो पौंड का रेट चल रहा 101.02 रुपए। इस ही आप वीडियो खत्म करते हैं। जो वीडियो चंगी लगी तो एक लाइक जरूर करियो। वीडियो देखने लिए सब का बहुत बहुत शुक्रिया।